ਆਪਣੇ ਹੀ ਕਸਟਮਰ ਜਿਹੜੇ ਉਹਨਾਂ ਨੂੰ 1 ਲੱਖ ਰੁਪਏ ਦੀ ਸ਼ਾਪਿੰਗ ਕਰਨ ਤੇ 1 ਲੱਖ ਦੀ ਗੋਲਡ ਦੀ ਸ਼ਾਪਿੰਗ ਕਰਨ ਤੇ ਮੈਂ ਉਹਨਾਂ ਨੂੰ 1 ਤੋਲੇ ਦਾ ਚਾਂਦੀ ਦਾ ਸਿੱਕਾ ਫ੍ਰੀ ਦਵਾਂਗਾ। ਵੀ 916 ਦਾ ਗੋਲਡ ਅਸੀਂ ਵੇਚ ਰਹੇ ਹਾਂ, 100% ਵਾਪਸੀ ਔਰ ਆਲ ਵਰਲਡ ਦੇ ਵਿੱਚ ਪੂਰੀ ਵਾਪਸੀ ਉਹਦੀ, ਪੈਸੇ ਪੂਰੇ ਕਸਟਮਰ ਨੂੰ ਵਾਪਸ ਮਿਲੇ। ਸਭ ਤੋਂ ਵੱਡੀ ਜਿਹੜੀ ਪਹਿਚਾਣ ਹੋਣ ਦਾ ਕਾਰਨ ਬੰਦੇ ਦਾ ਇਹ ਹੁੰਦਾ ਵੀ ਉਹ ਸਾਫ਼ ਸੁਥਰਾ ਔਰ ਸੱਚਾ ਸੌਦਾ ਕਰੇ। ਸਾਡੇ ਕੋਲ ਡਾਇਮੰਡ ਦੇ ਵਿੱਚ ਵੇਰੀਅਸ ਟਾਈਪ ਦੇ ਵਿੱਚ, ਜਿੱਦਾਂ ਸਾਡੇ ਕੋਲ ਜੁਐਲਰੀ ਹੈਗੀ, ਜਿੱਦਾਂ ਤੁਸੀਂ ਨੈਕਲਸ ਦੇਖ ਸਕਦੇ ਹਾਂ, ਸਾਡੇ ਕੋਲ ਡਾਇਮੰਡ ਦੀ ਬੈਂਗਲਸ ਦੇਖ ਸਕਦੇ ਹੋ ਅਤੇ ਡਾਇਮੰਡ ਦੀਆਂ ਚੈਨਸ ਰਿੰਗਸ ਦੇਖ ਸਕਦੇ ਹੋ, ਲੇਡੀਜ਼ ਰਿੰਗਸ ਦੇਖ ਸਕਦੇ ਹੋ। ਉਹ ਚਾਹੁੰਦੇ ਆ ਵੀ ਅਸੀਂ ਆਪਣਾ ਪੁਰਾਣਾ ਸੋਨਾ ਦੇ ਕੇ ਅਸੀਂ ਨਵਾਂ ਡਿਜ਼ਾਈਨ ਲੈ ਲਈਏ, ਤਾਂ ਕੀ ਤੁਹਾਡੇ ਕੋਲ ਪੁਰਾਣਾ ਸੋਨਾ ਦੇ ਕੇ ਨਵਾਂ ਸੋਨਾ ਲਿਆ ਸਕਦੇ? ਉਹਦੇ ਵਿੱਚ ਕੀ ਫੈਸਿਲਿਟੀ ਦੇ ਰਹੇ ਹਾਂ ਤੁਸੀਂ? ਗੋਲਡ ਇੱਕ ਇਹੋ ਜਿਹੀ ਚੀਜ਼ ਆ, ਇਹ ਇੱਕ ਆਪਣੀ ਇਨਵੈਸਟਮੈਂਟ ਆ, ਸੋ ਇਹਦੇ ਵਿੱਚ ਕਦੀ ਵੀ ਕਸਟਮਰ ਨੂੰ ਲੌਸ ਨਹੀਂ ਹੁੰਦਾ। ਜਿੰਨੇ ਵੀ ਮੇਰੇ ਕਸਟਮਰ ਆਉਣਗੇ, 1 ਲੱਖ ਦੀ ਕੋਈ ਵੀ ਸ਼ੋਪਿੰਗ ਕਰੇਗਾ, 10 ਗ੍ਰਾਮ ਦਾ ਚਾਂਦੀ ਦਾ ਸਿੱਕਾ ਉਹਨਾਂ ਨੂੰ ਫ੍ਰੀ ਦਿੱਤਾ ਜਾਵੇਗਾ। ਮੈਂ ਚਾਹਾਂਗਾ ਥੋੜ੍ਹੀ ਜਿਹੀ ਹੋਰ ਢਿੱਲ ਦੇ ਦਿਓ, ਸਾਡੇ ਜਿਹੜੇ ਦਰਸ਼ਕ ਆ, ਸਾਡੇ ਜਿਹੜੇ ਵਿਊਰਸ ਹੈਗੇ ਆ, ਇਹਨਾਂ ਦਾ ਫਾਇਦਾ ਅਸੀਂ ਕਰਾ ਕੇ ਜਾਣਾ, ਚਾਹੇ ਸਾਡਾ ਧੱਕਾ ਸਮਝ ਲਓ, ਸਾਡੇ ਕਸਟਮਰ ਦਾ ਫਾਇਦਾ ਕਰੋ। ਤੁਸੀਂ ਚਾਂਦੀ ਦਾ ਸਿੱਕਾ ਵੀ ਦੇ ਰਹੇ ਹੋ, ਅੱਜ ਤੱਕ ਕਿਸੇ ਨੇ ਨਹੀਂ ਦਿੱਤਾ, ਸ਼ਾਇਦ ਨਾ ਹੀ ਕੋਈ ਦੇਵੇਗਾ, ਪਰ ਮੈਂ ਚਾਹਾਂਗਾ ਥੋੜ੍ਹੀ ਜਿਹੀ ਹੋਰ ਡੀਲ ਦਿਓ। ਸਾਂਝ ਟੀਵੀ ਇੱਕ ਐਸੇ ਸਟੇਜ 'ਤੇ ਪਹੁੰਚ ਚੁੱਕਾ ਜੋ ਕਿ ਕਸਟਮਰ ਨੂੰ ਕੋਈ ਵੀ ਚੀਜ਼ ਖਰੀਦਣ ਲਈ ਜਾਗਰੂਕ ਕਰ ਰਿਹਾ। ਜਿਹੜਾ ਵੀ ਬੰਦਾ ਸਾਂਝ ਟੀਵੀ ਦਾ ਸਕਰੀਨਸ਼ਾਟ ਸਾਡੇ ਕੋਲ ਲੈ ਕੇ ਆਊਗਾ, ਅਸੀਂ ਉਹਨੂੰ 50% ਲੇਬਰ ਲੈਸ ਕਰਕੇ ਦੇਵਾਂਗੇ। ਤੁਸੀਂ 1 ਲੱਖ ਰੁਪਏ ਦਾ ਸੋਨਾ ਲੈਂਦੇ ਹਾਂ ਅਤੇ ਤੁਹਾਨੂੰ ਜਿਹੜਾ ਕਿ 1 ਤੋਲੇ ਦਾ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਹੈਗਾ। ਸੋ ਸਾਂਝ ਟੀਵੀ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਓ ਨਿਊ ਜੋੜਾ ਜੂਲਰ ਬਾਂਸਾ ਵਾਲਾ ਬਾਜ਼ਾਰ ਫਗਵਾੜਾ, ਅਤੇ ਤੁਹਾਨੂੰ ਜਿਹੜੀ ਲੇਬਰਸ ਹੈਗੀ ਆ ਉਹਦੇ 'ਤੇ 50% ਡਿਸਕਾਊਂਟ ਹੋਰ ਦਿੱਤਾ ਜਾ ਰਿਹਾ। ਸਾਡੀ ਜਿਹੜੀ ਡਿਜ਼ਾਇਨਿੰਗ ਆ ਡਾਇਮੰਡ ਦੇ ਵਿੱਚ ਜਾਂ ਗੋਲਡ ਦੇ ਵਿੱਚ ਬਿਲਕੁਲ ਹੀ ਹਟ ਕੇ ਸਾਡੀ ਯੂਨੀਕ ਅਤੇ ਡਿਫਰੈਂਟ ਡਿਜ਼ਾਇਨਿੰਗ ਆ। ਸੋ ਮੌਕੇ ਦੀ ਗੱਲ ਇਹ ਆ, 100 ਹੱਥ ਰੱਸਾ ਸਿਰੇ 'ਤੇ ਗੰਢ, ਨਿਊ ਜੋੜਾ ਜੂਲਰ ਨੇ ਕਾਫੀ ਔਫਰਾਂ ਲਗਾ ਦਿੱਤੀਆਂ ਆ। ਸੋ ਜਗਜੀਤ ਸਿੰਘ ਜੋੜਾ ਜਿਹੜੇ ਇੱਥੇ ਦੇ ਓਨਰ ਆ, ਇਹਨਾਂ ਨੇ ਵੱਡੇ ਐਲਾਨ ਕਰ ਦਿੱਤੇ ਆ, ਇਹੋ ਜਿਹੇ ਐਲਾਨ ਕਦੇ ਨਹੀਂ ਹੋਏ, ਇਹੋ ਜਿਹੀਆਂ ਡੀਲਸ ਕਦੇ ਗੋਲਡ 'ਤੇ ਨਹੀਂ ਮਿਲੀਆਂ। ਸਾਂਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਤੱਗੜ। ਅਸੀਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਹਾਂ, ਜਿਸ ਨਾਲ ਸਾਡੇ ਦਰਸ਼ਕਾਂ ਦਾ ਫਾਇਦਾ ਹੋ ਸਕੇ, ਚਾਹੇ ਆਪਾਂ ਫਰਨੀਚਰ ਦੀ ਗੱਲ ਕਰ ਲਈਏ, ਸੂਟਾਂ ਦੀ ਗੱਲ ਕਰ ਲਈਏ, ਇਲੈਕਟ੍ਰੋਨਿਕ ਦੀ ਗੱਲ ਕਰ ਲਈਏ, ਕਿਸੇ ਵੀ ਲਾਈਨ ਵਿੱਚ ਚੱਲ ਜਾਈਏ। ਖੁਸ਼ੀ ਸਾਨੂੰ ਉਸ ਵੇਲੇ ਮਿਲਦੀ ਹੈ ਜਦੋਂ ਸਾਡੇ ਵੀਰ ਦੁਕਾਨਦਾਰ ਅਤੇ ਜਿਹੜੇ ਓਨਰ ਹੈਗੇ ਉਹ ਵੀ ਸਾਡੇ ਵਾਂਗ ਜਿਹੜਾ ਕਿ ਕਾਫੀ ਆਪਣਾ ਘੱਟ ਮਾਰਜਨ 'ਤੇ ਲੋਕਾਂ ਨੂੰ ਜਿਹੜਾ ਕਿ ਸਮਾਨ ਵੇਚ ਰਹੇ ਆ ਉਸ ਦਾ ਕਾਫੀ ਫਾਇਦਾ ਹੁੰਦਾ। ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ, ਉਹ ਕਹਿੰਦੇ ਸਨ ਕਿ ਵੈਡਿੰਗ ਸੀਜ਼ਨ ਆ ਚੁੱਕਾ ਆ, ਜਿੱਥੇ ਸਾਨੂੰ ਹੋਰ ਵਰਾਇਟੀਆਂ ਚਾਹੀਦੀਆਂ ਉੱਥੇ ਸਾਨੂੰ ਗੋਲਡ ਵੀ ਚਾਹੀਦਾ ਆ, ਕਿਉਂਕਿ ਗੋਲਡ ਇੱਕ ਇਹੋ ਜਿਹੀ ਚੀਜ਼ ਆ ਜਿੱਥੇ ਕੋਈ ਵੀ ਪ੍ਰਾਈਜ਼ ਦੀ ਹੇਰਾਫੇਰੀ ਨਹੀਂ ਹੋ ਸਕਦੀ, ਜਿੱਥੇ ਕੋਈ ਵੀ ਸੇਲ ਨਹੀਂ ਲੱਗ ਸਕਦੀ। ਪਰ ਸਾਡੇ ਦਰਸ਼ਕ ਇਹ ਚਾਹੁੰਦੇ ਸੀ ਸਾਨੂੰ ਕੋਈ ਇਹੋ ਜਿਹਾ ਸਟੋਰ ਦੱਸੋ ਜਿੱਥੋਂ ਸਾਡਾ ਫਾਇਦਾ ਹੋ ਸਕੇ, ਜਿੱਥੋਂ ਸਾਨੂੰ ਗਰੰਟੀ ਹੋਵੇ ਕਿ ਸਾਡੇ ਜਿਹੜਾ ਸੋਨਾ ਆ ਉਹ ਸ਼ੁੱਧ ਹੈਗਾ, ਜਿੱਥੇ ਸਾਨੂੰ ਇਸ ਗੱਲ ਦੀ ਗਰੰਟੀ ਹੋਵੇ ਜਿੱਥੋਂ ਅਸੀਂ ਸੋਨਾ ਲਵਾਂਗੇ ਉੱਥੇ ਜਿਹੜੇ ਜੇਕਰ ਸਾਨੂੰ ਲੋੜ ਪੈਂਦੀ ਆ ਸੋਨਾ ਵੇਚਣ ਦੀ, ਸਾਨੂੰ ਗੁੱਡ ਪ੍ਰਾਈਜ਼ ਲੱਗੇ, ਜਾਂ ਅਸੀਂ ਪੁਰਾਣਾ ਸੋਨਾ ਦੇ ਕੇ ਨਵਾਂ ਬਣਾਉਣਾ ਚਾਹੁੰਦੇ ਹਾਂ ਅਤੇ ਸਾਨੂੰ ਉੱਥੇ ਵਧੀਆ ਪ੍ਰਾਈਜ਼ ਮਿਲੇ, ਉਸ ਤੋਂ ਬਾਅਦ ਸਾਡੀ ਟੀਮ ਨੇ ਕਾਫੀ ਬਰੀਕੀ ਦੇ ਨਾਲ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਹੜੀ ਇਹੋ ਜਿਹੀ ਸ਼ੋਪ ਹੈਗੀ ਆ ਗੋਲਡ ਦੀ ਜਿਸ ਨਾਲ ਸਾਡੇ ਦਰਸ਼ਕਾਂ ਦਾ ਫਾਇਦਾ ਹੋ ਸਕੇ। ਤਾਂ ਉਸ ਤੋਂ ਬਾਅਦ ਭਾਰੀ ਮਿਹਨਤ ਮੁਸ਼ੱਕਤ ਤੋਂ ਬਾਅਦ ਜਿਹੜਾ ਕਿ ਫਗਵਾੜਾ ਦੇ ਵਿੱਚ ਨਿਊ ਜੋੜਾ ਜੂਲਰ ਦਾ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਨਾਮ ਸਾਹਮਣੇ ਆਇਆ ਹੈ, ਜਿੱਥੇ ਕਿ ਉਹਨਾਂ ਵੱਲੋਂ ਸ਼ੁੱਧਤਾ ਦਾ ਜਿਹੜਾ ਕਿ ਪ੍ਰਤੀਕ ਹੈਗਾ ਆ ਉਹਨਾਂ ਦਾ ਆਪਣਾ ਨਾਮ ਹੈਗਾ ਆ, ਉੱਥੇ ਇੱਕ ਉਦਾਹਰਣ ਇਹ ਵੀ ਬਣਿਆ। ਲੋਕਾਂ ਦਾ ਕਹਿਣਾ ਆ ਕਿ ਅਸੀਂ ਨਿਊ ਜੋੜਾ ਜੂਲਰ ਜਾ ਕੇ ਪੈਸੇ ਐਡਵਾਂਸ ਰੱਖ ਦਿੰਦੇ ਹਾਂ ਅਤੇ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਸਾਡੇ ਲਈ ਸੋਨੇ ਦੇ ਗਹਿਣੇ ਬਣਾ ਦਿਓ, ਡਿਜ਼ਾਇਨ ਵੀ ਉਹ ਆਪਣੀ ਮਨਪਸੰਦ ਦੇ ਬਣਾ ਕੇ ਦੇ ਦਿੰਦੇ ਆ। ਹੁਣ ਅਸੀਂ ਜਾਵਾਂਗੇ ਨਿਊ ਜੋੜਾ ਜੂਲਰ 'ਤੇ ਅਤੇ ਉੱਥੇ ਜਾ ਕੇ ਪਤਾ ਕਰਾਂਗੇ ਕਿ ਉਹ ਜਿਹੜੀ ਕਿ ਵਰਾਇਟੀ ਲੋਕਾਂ ਨੂੰ ਦੇ ਰਹੇ ਆ। ਦਿਵਾਲੀ ਦਾ ਸੀਜ਼ਨ ਹੈਗਾ ਆ, ਫੈਸਟੀਵਲ ਸੀਜ਼ਨ ਹੈਗਾ ਆ, ਨਿਊ ਈਅਰ ਆਉਣ ਵਾਲਾ ਆ, ਜਿਹੜੇ ਸਾਡੇ ਦਰਸ਼ਕ ਆ ਉਹਨਾਂ ਲਈ ਉਹ ਕੀ ਫਾਇਦਾ ਕਰਦੇ ਆ, ਅਤੇ ਉਹ ਜਿਹੜਾ ਪਿਛਲੇ ਇੰਨੇ ਲੰਬੇ ਸਾਲਾਂ ਤੋਂ ਵੱਡਾ ਬ੍ਰਾਂਡ ਬਣਿਆ ਹੋਇਆ ਨਿਊ ਜੋੜਾ ਜੂਲਰ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਇਸ ਤਰ੍ਹਾਂ ਕਾਇਮ ਰੱਖ ਰਹੇ ਆ, ਇਸ ਪਿੱਛੇ ਕੀ ਰਾਜ ਆ, ਲੋਕਾਂ 'ਚ ਕਿਉਂ ਚਰਚਾ ਆ, ਦੁਆਬੇ 'ਚ ਸਭ ਤੋਂ ਵੱਡਾ ਨਾਮ ਕਿਉਂ ਆ, ਇਹ ਤਾਂ ਅਸੀਂ ਉੱਥੋਂ ਦੇ ਓਨਰ ਸਰਦਾਰ ਜਗਜੀਤ ਸਿੰਘ ਜੋੜਾ ਨਾਲ ਮਿਲ ਕੇ ਗੱਲਬਾਤ ਕਰਕੇ ਹੀ ਪਤਾ ਕਰਾਂਗੇ। ਹੁਣ ਅਸੀਂ ਜਾਵਾਂਗੇ ਨਿਊ ਜੋੜਾ ਜੂਲਰ ਬਾਂਸਾ ਵਾਲਾ ਬਾਜ਼ਾਰ ਫਗਵਾੜਾ ਵਿਖੇ ਅਤੇ ਕਰਾਂਗੇ ਗੱਲਬਾਤ, ਆਓ ਚੱਲੀਏ।
ਪਹੁੰਚ ਚੁੱਕੇ ਹਾਂ ਨਿਊ ਜੜਾ ਜੂਲਰ ਬਾਂਸਾ ਵਾਲਾ ਬਾਜ਼ਾਰ ਫਗਵਾੜਾ, ਜਿੱਥੇ ਕਿ ਸਾਡੇ ਦਰਸ਼ਕਾਂ ਦੀ ਬਹੁਤ ਵੱਡੀ ਡਿਮਾਂਡ ਸੀ। ਉਹ ਕਹਿ ਰਹੇ ਸਨ ਕਿ ਗੋਲਡ ਦੇ ਸਟੋਰ 'ਤੇ ਜਾ ਕੇ ਸਾਨੂੰ ਉੱਥੋਂ ਵੀ ਕੋਈ ਆਫਰ ਦੱਸੋ ਅਤੇ ਸਾਨੂੰ ਦੱਸੋ ਕਿਹੜੇ ਕਿਹੜੇ ਡਿਜ਼ਾਈਨ ਹੈਗੇ ਆ, ਕੀ ਇਹਨਾਂ ਵੱਲੋਂ ਫੈਸਿਲਿਟੀ ਦਿੱਤੀ ਜਾ ਰਹੀ ਆ। ਅਸੀਂ ਇੱਥੋਂ ਦੇ ਜਿਹੜੇ ਓਨਰ ਹੈਗੇ ਆ ਜਗਜੀਤ ਸਿੰਘ ਜੋੜਾ ਜੀ, ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਪਰ ਇਸ ਤੋਂ ਪਹਿਲਾਂ ਅਸੀਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਦੀਵਾਲੀ ਦਾ ਆਫਰ ਹੈਗਾ, ਹਾਲਾਂਕਿ ਗੋਲਡ ਉੱਤੇ ਕਦੇ ਕੋਈ ਸੇਲ ਨਹੀਂ ਲੱਗਦੀ, ਗੋਲਡ ਉੱਤੇ ਕੋਈ ਆਫਰ ਨਹੀਂ ਲੱਗਦੀ। ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਕੋਈ ਨਾ ਕੋਈ ਸਾਨੂੰ ਆਫਰ ਦਿਓ ਤਾਂ ਜੋ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਆ, ਇਹਨਾਂ ਦੇ ਕਸਟਮਰ ਹੈਗੇ ਆ, ਉਹਨਾਂ ਦਾ ਫਾਇਦਾ ਹੋ ਸਕੇ। ਜੋ ਵੀ ਤੁਹਾਡੀ ਜਾਣਕਾਰੀ ਤੁਹਾਨੂੰ ਅਸੀਂ ਪੂਰੀ ਪਹੁੰਚਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਜਿਹੜੇ ਤੁਹਾਡੇ ਮਨਾਂ ਦੇ ਸਵਾਲ ਆ, ਕਿਉਂਕਿ ਵੈਡਿੰਗ ਸੀਜ਼ਨ ਚੱਲ ਰਿਹਾ ਆ, ਫੈਸਟੀਵਲ ਸੀਜ਼ਨ ਚੱਲ ਰਿਹਾ ਆ, ਇਸ ਬਾਰੇ ਲੋਕ ਕਾਫੀ ਜਿਹੜੇ ਕਿ ਵਧੀਆ ਸਟੋਰ ਦੀ ਭਾਲ ਵਿੱਚ ਲੱਗੇ ਹੋਏ ਆ। ਅਤੇ ਜਦੋਂ ਅਸੀਂ ਸਰਵੇ ਕੀਤਾ, ਇੰਟਰਨੈਟ 'ਤੇ ਸਰਵੇ ਕੀਤਾ, ਲੋਕਲ ਸਰਵੇ ਕੀਤਾ, ਤਾਂ ਸਭ ਤੋਂ ਵੱਡਾ ਨਾਂ ਦੁਆਬੇ ਦੇ ਵਿੱਚ ਨਿਊ ਜੋੜਾ ਜੂਲਰ ਦਾ ਆ। ਹੁਣ ਅਸੀਂ ਗੱਲ ਕਰਾਂਗੇ ਇੱਥੇ ਓਨਰ ਜਗਜੀਤ ਸਿੰਘ ਜੋੜਾ ਨਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਾਂਝ ਟੀਵੀ ਦਾ ਸਾਡੇ ਇੱਥੇ ਜੋੜਾ ਜੂਲਰ ਦੇ ਆਉਣ 'ਤੇ ਨਿੱਘਾ ਸਵਾਗਤ ਕਰਦਾ, ਜੋ ਇਹਨਾਂ ਨੇ ਸਾਡੇ ਆ ਕੇ ਇੱਥੇ ਵਿਜ਼ਿਟ ਕੀਤੀ ਆ। ਸੋ ਬਹੁਤ ਹੀ ਅੱਛਾ ਲੱਗਾ ਕਿਉਂਕਿ ਸਾਂਝ ਟੀਵੀ ਇੱਕ ਐਸੇ ਸਟੇਜ 'ਤੇ ਪਹੁੰਚ ਚੁੱਕਾ ਜੋ ਕਿ ਕਸਟਮਰ ਨੂੰ ਕੋਈ ਵੀ ਚੀਜ਼ ਖਰੀਦਣ ਲਈ ਜਾਗਰੂਕ ਕਰ ਰਿਹਾ। ਸੋ ਮੈਂ ਸਾਂਝ ਟੀਵੀ ਦਾ ਬਹੁਤ ਧੰਨਵਾਦ। ਸਾਡੇ ਨਾਲ ਦਰਸ਼ਕਾਂ ਦੀ ਕਾਫੀ ਡਿਮਾਂਡ ਸੀ, ਅਸੀਂ ਕਾਫੀ ਵੀਡੀਓ ਪਾਈਆਂ ਹੈਗੀਆਂ ਪਹਿਲਾਂ ਸੋਸ਼ਲ ਮੀਡੀਆ 'ਤੇ, ਉਹ ਕਹਿ ਰਹੇ ਸਨ ਕਿ ਸਾਨੂੰ ਗੋਲਡ ਦੀ ਜਾ ਕੇ ਵੀ ਇਨਫੋਰਮੇਸ਼ਨ ਦਿਓ, ਅਤੇ ਉਹ ਚਾਹੁੰਦੇ ਆ ਇਸ ਵਕਤ ਕਿਹੜੀ ਨਵੀਂ ਵਰਾਇਟੀ ਚੱਲ ਰਹੀ ਹੈਗੀ ਆ, ਕੀ ਹੋ ਰਿਹਾ। ਪਰ ਜਦੋਂ ਅਸੀਂ ਇੰਟਰਨੈਟ 'ਤੇ ਸਰਚ ਕੀਤਾ ਅਤੇ ਸਭ ਤੋਂ ਵੱਡਾ ਨਾਂ ਦੁਆਬੇ ਦੇ ਵਿੱਚ ਨਿਊ ਜੋੜਾ ਜੂਲਰ ਦਾ ਆਇਆ, ਅਤੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਤੁਹਾਡੇ ਕੋਲ ਜਾਈਏ, ਅਤੇ ਜੇ ਤੁਸੀਂ ਸਾਨੂੰ 10 ਮਿੰਟ ਦੇ ਦਿਓ ਤਾਂ ਹੈ ਨਾ ਅਸੀਂ ਲੋਕਾਂ ਨਾਲ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹਾਂ। ਜ਼ਰੂਰ ਜ਼ਰੂਰ ਜੀ, ਜੋ ਤੁਸੀਂ ਪੁੱਛੋਗੇ ਪੂਰਾ ਤੁਹਾਨੂੰ ਪੂਰਾ ਸੈਟਿਸਫਾਈ ਜਵਾਬ ਮਿਲੂਗਾ। ਕਾਫੀ ਵੱਡਾ ਨਿਊ ਜੋੜਾ ਜੂਲਰ ਦਾ ਬ੍ਰਾਂਡ ਬਣਿਆ, ਕਾਫੀ ਵੱਡਾ ਨਾਮ ਹੈਗਾ, ਹੈ ਨਾ।
ਪਰ ਲੋਕਾਂ ਦੇ ਮਨਾਂ ਵਿੱਚ ਇਹ ਹੈਗਾ ਵੀ ਹੁਣ ਦੀਵਾਲੀ ਦਾ ਤਿਉਹਾਰ ਹੈਗਾ, ਫੈਸਟੀਵਲ ਸੀਜ਼ਨ ਹੈਗਾ, ਵੈਡਿੰਗ ਸੀਜ਼ਨ ਵੀ ਚੱਲ ਰਿਹਾ, ਵੱਖੋ ਵੱਖਰੇ ਤਰੀਕੇ ਦੀ ਨਵੀਂ ਵਰਾਇਟੀ ਆ ਉਹ ਉਹਨਾਂ ਨੂੰ ਮਿਲ ਸਕੇ। ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਕਸਟਮਰ ਨੂੰ ਕੀ ਫੈਸਿਲਿਟੀ ਦੇ ਰਹੇ ਹੋ ਅਤੇ ਕਿਹੜੀ ਕਿਹੜੀ ਉਹਨਾਂ ਨੂੰ ਵਰਾਇਟੀ ਦੇ ਰਹੇ ਹੈਗੇ ਆ। ਦੇਖੋ ਜੀ, ਫੈਸਟੀਵਲ ਦਾ ਤਿਉਹਾਰਾਂ ਦਾ ਦਿਨ ਆ ਅੱਜ, ਅਤੇ ਬਹੁਤ ਹੀ ਅੱਛੀ ਵਰਾਇਟੀ ਆਈ ਹੋਈ ਆ, ਯੈਲੋ ਗੋਲਡ ਅਤੇ ਐਂਟੀਕ, ਵਾਈਟ ਗੋਲਡ ਪਲ ਸੈੱਟ ਐਂਡ ਡਾਇਮੰਡ ਦੇ ਵਿੱਚ ਬਹੁਤ ਹੀ ਅੱਛੀ ਵਰਾਇਟੀ ਆਈ ਹੋਈ ਆ, ਜੋ ਕਿ ਤੁਹਾਨੂੰ ਅਸੀਂ ਸਾਰਾ ਕੁਝ ਦਿਖਾਵਾਂਗੇ। ਲੇਟੈਸਟ ਕੀ ਚੱਲ ਰਿਹਾ ਅੱਜ ਕੱਲ੍ਹ? ਸਰ, ਜਦੋਂ ਅਸੀਂ ਮਾਰਕੀਟ ਵਿੱਚ ਸਰਵੇ ਕਰ ਰਹੇ ਸੀ ਤਾਂ ਤੁਹਾਡਾ ਬਹੁਤ ਵੱਡਾ ਨਾਮ ਤਾਂ ਸਾਹਮਣੇ ਆਇਆ, ਪਰ ਇੱਕ ਹੋਰ ਗੱਲ ਵੀ ਨਵੀਂ ਸਾਨੂੰ ਪਤਾ ਲੱਗੀ ਆ ਕਿ ਉਹ ਕਹਿ ਰਿਹਾ ਕਿ ਸਾਨੂੰ ਇੰਨਾ ਜ਼ਿਆਦਾ ਵਿਸ਼ਵਾਸ ਹੈਗਾ ਆ ਜੋੜਾ ਜੂਲਰ 'ਤੇ, ਉਹ ਪੇਮੈਂਟ ਵੀ ਪਹਿਲਾਂ ਦੇ ਜਾਂਦੇ ਹੈਗੇ ਆ, ਅਤੇ ਦੂਜੇ ਪਾਸੇ ਉਹ ਕਹਿੰਦੇ ਵੀ ਸਾਨੂੰ ਕਾਫੀ ਪਿਓਰਿਟੀ ਮਿਲ ਰਹੀ ਆ ਗੋਲਡ ਦੇ ਵਿੱਚ, ਉਹ ਕਿੱਦਾਂ ਤੁਸੀਂ ਟੈਸਟ ਕਰਦੇ ਹੋ ਅਤੇ ਕਿਵੇਂ ਜਿਹੜੀ ਕਿ ਕਸਟਮਰ ਦੀ ਤੁਸੀਂ ਸੰਤੁਸ਼ਟ ਕਰਾਉਂਦੇ ਹੋ? ਹਾਂਜੀ ਬਿਲਕੁਲ ਜੀ ਬਿਲਕੁਲ, ਜਿਹੜਾ ਗੋਲਡ ਦਾ ਇਹੋ ਜਿਹਾ ਇੱਕ ਕਾਰੋਬਾਰ ਆ ਜਿਹਦੇ ਵਿੱਚ ਕਸਟਮਰ ਲੱਖਾਂ ਰੁਪਈਆ ਐਡਵਾਂਸ ਆਪਣਾ ਦੇ ਜਾਂਦਾ ਸਾਨੂੰ, ਸੋ ਜਿਹੜੀ ਸਾਡੀ ਗੁੱਡਵਿਲ, ਅੱਜ 30 ਸਾਲ ਹੋ ਗਏ ਸਾਨੂੰ ਇਹ ਆਪਣਾ ਬਿਜ਼ਨਸ ਨੂੰ ਚਲਾਉਂਦੇ ਹੋਏ, ਸੋ ਬੜਾ ਹੀ ਪਰਮਾਤਮਾ ਦੀ ਦੇਣ ਆ ਵੀ ਬਹੁਤ ਹੀ ਅੱਛਾ ਨਾਮ ਕਮਾਇਆ ਆਪਣੇ ਸ਼ਹਿਰ ਦੇ ਵਿੱਚ ਅਸੀਂ। ਗੋਲਡ ਜਿਹੜਾ ਆ ਸਾਡਾ ਜਿਹੜਾ ਹੌਲ ਮਾਰਕ ਆ 916 ਆ, ਸਭ ਤੋਂ ਵੱਡੀ ਜਿਹੜੀ ਪਹਿਚਾਣ ਹੋਣ ਦਾ ਕਾਰਨ ਬੰਦੇ ਦਾ ਇਹ ਹੁੰਦਾ ਵੀ ਉਹ ਸਾਫ਼ ਸੁਥਰਾ ਔਰ ਸੱਚਾ ਸੌਦਾ ਕਰੇ, ਪਰ ਸੱਚਾ ਸੌਦਾ ਇਹ ਹੁੰਦਾ ਵੀ 916 ਦਾ ਗੋਲਡ ਅਸੀਂ ਵੇਚ ਰਹੇ ਹਾਂ, 100% ਵਾਪਸੀ ਆ ਔਰ ਆਲ ਵਰਲਡ ਦੇ ਵਿੱਚ ਪੂਰੀ ਵਾਪਸੀ ਉਹਦੀ, ਪੈਸੇ ਪੂਰੇ ਕਸਟਮਰ ਨੂੰ ਵਾਪਸ ਮਿਲਦੇ। ਪਰ ਕਈ ਲੋਕਾਂ ਦੇ ਇਹ ਵੀ ਸਵਾਲ ਆ, ਉਹ ਕਹਿੰਦੇ ਅਸੀਂ ਕਈ ਸ਼ੋਪਕੀਪਰ ਰਹਿ ਗਏ ਆ, ਕਈ ਗੋਲਡ ਜਿਹੜਾ ਕੰਮ ਕਰਦੇ ਉਹਨਾਂ ਕੋਲ ਜਾਂਦੇ ਹਾਂ, ਜਦੋਂ ਅਸੀਂ ਗੋਲਡ ਖਰੀਦਦੇ ਹਾਂ ਉਹਦਾ ਪ੍ਰਾਈਜ਼ ਕਾਫੀ ਹਾਈ ਲਾਇਆ ਜਾਂਦਾ, ਅਤੇ ਜਦੋਂ ਅਸੀਂ ਵੇਚਦੇ ਹੈਗੇ ਹਾਂ ਅਤੇ ਉਦੋਂ ਕਹਿੰਦੇ ਵੀ ਰੇਟ ਨਹੀਂ ਹੈਗਾ ਮਾਰਕੀਟ ਵਿੱਚ, ਕਾਫੀ ਸਾਡੀ ਵੈਲਿਊ ਘੱਟ ਪਾਈ ਜਾਂਦੀ ਆ, ਇਸ ਤਰ੍ਹਾਂ ਦਾ ਕੰਮ ਤਾਂ ਨਹੀਂ ਹੈਗਾ ਇੱਥੇ? ਨਹੀਂ ਜੀ, ਸਾਡੀ ਦੁਕਾਨ 'ਤੇ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਗੋਲਡ ਜਿਹੜਾ ਵੀ ਕਸਟਮਰ ਨੇ ਜੇ ਕੋਈ ਵੇਚਣਾ ਆ ਚਾਹੇ ਉਹ ਖਰੀਦਣਾ ਆ, ਸਾਡੀ ਬਾਹਰ ਡਿਸਪਲੇ ਦੇ ਉੱਤੇ ਰੇਟ ਲਿਖਿਆ ਹੋਇਆ 24 ਕੈਰਟ, 22 ਕੈਰਟ ਐਂਡ ਹੌਲਮਾਰਕ ਦਾ, ਸੋ ਉਹੀ ਰੇਟ ਅਸੀਂ ਲਾਉਂਦੇ ਹਾਂ। ਜਦੋਂ ਸਾਨੂੰ ਕਸਟਮਰ ਗੋਲਡ ਵਾਪਸ ਵੀ ਦਿੰਦਾ ਪੁਰਾਣਾ ਗੋਲਡ, ਅਸੀਂ ਉਹੀ ਰੇਟ ਦੇ ਹਿਸਾਬ ਨਾਲ ਉਹਨੂੰ ਪੂਰੀ ਵਾਪਸੀ ਦਿੰਦੇ ਹਾਂ ਔਰ ਕਸਟਮਰ ਸਾਡੇ ਤੋਂ ਬਹੁਤ ਜ਼ਿਆਦਾ ਸੈਟਿਸਫਾਈ ਹੋ ਕੇ ਜਾਂਦਾ। ਭਾਅ ਜੀ, ਵੈਸੇ ਸ਼ੋਰਟ ਦੇ ਵਿੱਚ ਸਾਨੂੰ ਦੱਸੋ ਅਸੀਂ ਕਾਫੀ ਵਰਾਇਟੀ ਵੇਖੀ ਵੀ ਹੈਗੀ ਆ, ਕੀ ਕਸਟਮਰ ਨੂੰ ਆਪਾਂ ਵਰਾਇਟੀ ਦੇ ਰਹੇ ਹਾਂ, ਜਿਵੇਂ ਰਿੰਗਸ ਹੋ ਗਈਆਂ, ਸੈੱਟ ਹੋ ਗਏ, ਜੈਂਟਸ ਰਿੰਗਸ ਹੋ ਗਈਆਂ, ਹੋਰ ਕੀ ਵਰਾਇਟੀਜ਼ ਆਪਾਂ ਦੇ ਰਹੇ ਹੈਗੇ ਲੋਕਾਂ ਨੂੰ? ਦੇਖੋ, ਗੋਲਡ ਜੁਐਲਰੀ ਦੀ ਜਿਹੜਾ ਕੰਮ ਹੈ ਇਹਦੇ ਵਿੱਚ ਵਰਾਇਟੀ ਇੰਨੀ ਕੁ ਵੱਧ ਗਈ ਹੋਈ ਹੈ, ਮਤਲਬ ਜਿੰਨੀ ਵਰਾਇਟੀ ਅਸੀਂ ਵੱਧ ਤੋਂ ਵੱਧ ਰੱਖ ਲਈ ਉਹ ਵੀ ਥੋੜ੍ਹੀ ਹੁੰਦੀ ਹੈ। ਤੋ ਗੱਲ ਇਹ ਆ ਵੀ ਅੱਜ ਕੱਲ੍ਹ ਦੇ ਡੇਟ ਦੇ ਵਿੱਚ ਜਿੱਦਾਂ ਕਿ ਗੋਲਡ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਹੋਇਆ ਆ, ਸੋ ਰੇਟ ਵਧਣ ਦੇ ਕਾਰਨ ਜਿਹੜੇ ਸੈੱਟ ਆ, ਸਲੀਕ ਸੈੱਟ ਜਿੱਦਾਂ ਛੋਟੇ ਛੋਟੇ ਸੈੱਟ ਬਹੁਤ ਜ਼ਿਆਦਾ ਡਿਮਾਂਡ ਆ ਉਹਦੀ, ਇਸ ਕਰਕੇ ਅਸੀਂ ਉਹ ਛੋਟੇ ਸੈੱਟ ਦੀ ਕਾਫੀ ਵਰਾਇਟੀ ਰੱਖੀ ਹੋਈ ਆ। ਔਰ ਜਿੱਦਾਂ ਹੀ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਬ੍ਰਾਈਡਲ ਸੈੱਟ ਸਾਡੇ ਕੋਲ ਬਹੁਤ ਹੀ ਅੱਛੀ ਵਰਾਇਟੀ ਆ, ਤੁਹਾਨੂੰ ਅਸੀਂ ਬ੍ਰਾਈਡਲ ਸੈੱਟ ਆਪਣੇ ਦਿਖਾਵਾਂਗੇ ਔਰ ਉਹਦੇ ਵਿੱਚ ਚੌਕਰ ਸੈੱਟ, ਐਂਟੀਕ ਸੈੱਟ, ਕੁੰਦਨ ਸੈੱਟ, ਪਲ ਸੈੱਟ, ਸਾਰੇ ਚੀਜ਼ਾਂ ਦੀ ਵਰਾਇਟੀ ਪੂਰੀ ਮਿਲੂਗੀ। ਭਾਅ ਜੀ, ਮੇਰਾ ਇੱਕ ਸਵਾਲ ਇਹ ਸੀਗਾ ਵੀ ਜਦੋਂ ਕਸਟਮਰ ਇੱਥੇ ਆਉਂਦੇ ਆ, ਕਸਟਮਰ ਨੂੰ ਸ਼ੁੱਧਤਾ ਜ਼ਰੂਰੀ ਆ, ਪਿਓਰਿਟੀ ਜ਼ਰੂਰੀ ਹੈਗੀ ਆ, ਉਹਨਾਂ ਦੀ ਤਸੱਲੀ ਲਈ, ਉਹਨਾਂ ਦੇ ਮਨ ਦੀ ਸੰਤੁਸ਼ਟੀ ਲਈ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸੰਤੁਸ਼ਟ ਕਰਦੇ ਹੋ ਵੀ ਇਹ ਗੋਲਡ ਪਿਓਰ ਹੈਗਾ? ਹਾਂਜੀ ਬਿਲਕੁਲ ਜੀ, ਇਹ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛਿਆ ਆ, ਕਿਉਂਕਿ ਇਹ ਗੋਲਡ ਦੇ ਵਿੱਚ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਮਹਿੰਗਾ ਮੈਟਲ ਹੈ ਗੋਲਡ ਜਿਹੜਾ ਆ। ਗੋਲਡ ਜਦੋਂ ਰੀਸੇਲ ਬੰਦਾ ਵੈਲੂ ਵਾਪਸ ਕਰਨ ਆਉਂਦਾ ਗੋਲਡ, ਸੋ ਸਾਡੇ ਕੋਲ ਇੱਕ ਗੋਲਡ ਟੈਸਟ ਮੀਟਰ ਮਸ਼ੀਨ ਹੈਗੀ ਆ, ਜਿਹਦੀ ਅਸੀਂ ਕਿ ਉਹਦੇ ਉੱਤੇ ਰੱਖ ਕੇ ਕਸਟਮਰ ਨੂੰ ਵੱਧ ਤੋਂ ਵੱਧ ਪੈਸੇ ਜਦੋਂ ਪੁਰਾਣੇ ਸੋਨੇ ਦੇ ਅਸੀਂ ਦੇ ਸਕਦੇ ਹਾਂ। ਸੋ ਇਹੋ ਜਿਹੀ ਗੱਲ ਨਹੀਂ ਆ, ਮੈਂ ਓਪਨ ਹੀ ਮਸ਼ੀਨ ਰੱਖੀ ਹੋਈ ਆ, ਮੇਰਾ ਗੋਲਡ 916 ਦਾ ਆ, ਮੈਂ 100% ਵਾਪਸੀ 'ਤੇ ਵਾਪਸ ਲੈਂਦਾ ਆ, ਔਰ ਜਿਹੜਾ ਸਾਡਾ ਗੋਲਡ ਆ ਕਸਟਮਰ ਉਹ ਵੀ ਮਸ਼ੀਨ 'ਤੇ ਚੈੱਕ ਕਰਵਾ ਸਕਦਾ, ਸੋ ਇਸ ਤੋਂ ਵਧੀਆ ਪਿਓਰਿਟੀ ਨਹੀਂ ਹੋ ਸਕਦੀ। ਸਰ, ਕੋਈ ਡੀਲ ਹੈਗੀ ਹੈ ਜਿਵੇਂ ਹਰ ਵਾਰ ਅਸੀਂ ਕਹਿੰਦੇ ਹਾਂ ਵੀ ਪੁਰਾਣਾ ਸਮਾਨ ਲਿਆਓ ਨਵਾਂ ਲੈ ਜਾਓ, ਕਿਉਂਕਿ ਜਿਵੇਂ ਲੇਡੀਜ਼ ਦੇ ਕੋਲ ਹੈਗੇ ਆ ਡਿਜ਼ਾਇਨ ਕਾਫੀ ਬਦਲ ਜਾਂਦੇ ਆ, ਚਾਹੇ ਉਹਨਾਂ ਦੇ ਏਅਰਰਿੰਗਸ ਹੈਗੇ ਆ, ਚਾਹੇ ਕਿਸੇ ਵੀ ਤਰ੍ਹਾਂ, ਚਾਹੇ ਹੋਰ ਸੈੱਟ ਹੈਗੇ ਆ, ਉਹ ਚਾਹੁੰਦੇ ਆ ਵੀ ਅਸੀਂ ਆਪਣਾ ਪੁਰਾਣਾ ਸੋਨਾ ਦੇ ਕੇ ਅਸੀਂ ਨਵਾਂ ਡਿਜ਼ਾਇਨ ਲੈ ਲਈਏ, ਤਾਂ ਕੀ ਤੁਹਾਡੇ ਕੋਲ ਪੁਰਾਣਾ ਸੋਨਾ ਦੇ ਕੇ ਨਵਾਂ ਸੋਨਾ ਲਿਆ ਸਕਦੇ, ਉਹਦੇ ਵਿੱਚ ਕੀ ਫੈਸਿਲਿਟੀ ਦੇ ਰਹੇ ਆ ਤੁਸੀਂ? ਹਾਂਜੀ ਜ਼ਰੂਰ ਜੀ ਜ਼ਰੂਰ, ਅੱਜ ਦੀ ਡੇਟ ਦੇ ਵਿੱਚ ਜੇ ਤੁਹਾਡੇ ਕੋਲ ਦਿਹਾੜੀ ਦੇ ਵਿੱਚ 50 ਕਸਟਮਰ ਆਉਂਦੇ ਆ, ਅਤੇ ਉਹਦੇ ਵਿੱਚ 30 ਕਸਟਮਰ ਇੱਦਾਂ ਦੇ ਵੀ ਹੁੰਦੇ ਆ ਵੀ ਜਿਹੜੇ ਪੁਰਾਣਾ ਗੋਲਡ ਦੇ ਕੇ ਆਪਣਾ ਨਵੇਂ ਸੈੱਟ ਜਾਂ ਨਵੀਆਂ ਚੀਜ਼ਾਂ ਹੋਰ ਲੈਂਦੇ ਨੇ, ਸੋ ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਪੁਰਾਣਾ ਗੋਲਡ, ਓਲਡ ਇਜ਼ ਗੋਲਡ। ਗੋਲਡ ਜਿਹੜਾ ਇੱਦਾਂ ਦੀ ਚੀਜ਼ ਆ ਵੀ ਇਹ ਕਦੀ ਵੀ ਜਦੋਂ ਰੀਸੇਲ ਵੈਲਿਊ ਆਪਾਂ ਕਰਦੇ ਹਾਂ
ਉਹਦੀ ਆਉਣ ਵਾਲੇ ਟਾਈਮ ਦੇ ਵਿੱਚ ਕੀਮਤ ਵੱਧਦੀ ਆ ਨਾ ਕਿ ਘਟਦੀ ਆ। ਤੁਸੀਂ ਹੋਰ ਵੀ ਕੋਈ ਵੀ ਟ੍ਰੇਡ ਲੈ ਲਓ ਜਾਂ ਕੋਈ ਵੀ ਚੀਜ਼ ਲੈ ਲਓ, ਉਹ ਜਿੱਦਾਂ ਜਿੱਦਾਂ ਯੂਜ਼ ਕਰੀ ਜਾਓਗੇ ਉਹ ਡਾਊਨ ਜਾਊਗੀ। ਗੋਲਡ ਇੱਕ ਇਹੋ ਜਿਹੀ ਚੀਜ਼ ਆ, ਇਹ ਇੱਕ ਆਪਣੀ ਇਨਵੈਸਟਮੈਂਟ ਆ, ਸੋ ਇਹਦੇ ਵਿੱਚ ਕਦੀ ਵੀ ਕਸਟਮਰ ਨੂੰ ਲੌਸ ਨਹੀਂ ਹੁੰਦਾ। ਸਰ ਮੈਂ ਜਿਹੜੇ ਵੀ ਸਟੋਰ 'ਤੇ ਜਾਂਦਾ, ਮੇਰਾ ਸਿਰਫ ਮਕਸਦ ਇਹ ਹੁੰਦਾ ਵੀ ਜਿਹੜੇ ਸਾਡੇ ਦਰਸ਼ਕ ਆ, ਤੁਹਾਡੇ ਕਸਟਮਰ ਆ, ਉਹਨਾਂ ਦਾ ਸਿੱਧੋ ਸਾਦਾ ਫਾਇਦਾ ਹੋ ਸਕੇ, ਬਈ ਉਹ ਇੱਕ ਸਹੀ ਸ਼ੋਪਕੀਪਰ ਜਾਣ, ਸਹੀ ਜਗ੍ਹਾ 'ਤੇ ਜਾਣ, ਤਾਂ ਜੋ ਕਿ ਸਟੋਰ 'ਤੇ ਵੀ ਜਾ ਕੇ ਫਾਇਦਾ ਹੋਵੇ, ਪਲੱਸ ਕਸਟਮਰ ਦਾ, ਦਰਸ਼ਕਾਂ ਦਾ ਫਾਇਦਾ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਆ। ਸੋ ਅਸੀਂ ਵੱਖ ਵੱਖ ਸਟੋਰ 'ਤੇ ਜਾਂਦੇ ਹਾਂ, ਕਈ ਡੀਲਸ ਹੁੰਦੀਆਂ। ਮੈਂ ਅੱਜ ਤੱਕ ਇੰਡੀਆ ਦੇ ਵਿੱਚ ਗੋਲਡ ਦੇ ਉੱਤੇ ਕੋਈ ਸਕੀਮ ਲੱਗਦੀ ਨਹੀਂ ਸੁਣੀ, ਮੈਂ ਅੱਜ ਤੱਕ ਇੰਡੀਆ ਦੇ ਵਿੱਚ ਕੋਈ ਆਫਰ ਨਹੀਂ ਸੁਣੀਆਂ। ਪਰ ਮੈਂ ਇਹ ਚਾਹਾਂਗਾ ਜੇ ਅਸੀਂ ਅੱਜ ਆਏ ਹੈਗੇ ਹਾਂ, ਸਾਡਾ ਹੀ ਸਟਾਈਲ ਆ ਵੀ ਅਸੀਂ ਆਪਣੇ ਦਰਸ਼ਕਾਂ ਨੂੰ, ਆਪਣੇ ਕਸਟਮਰ ਨੂੰ ਫਾਇਦਾ ਦੇਣਾ। ਜੇਕਰ ਲੋਕ ਇੱਥੇ ਆਉਂਦੇ ਆ, ਸਾਡੇ ਦਰਸ਼ਕ ਸਾਡੇ ਕੋਲ ਸ਼ੋਪਿੰਗ ਕਰਨ ਆਉਂਦੇ ਆ, ਅਤੇ ਤੁਸੀਂ ਉਹਨਾਂ ਨੂੰ ਦਿਵਾਲੀ, ਖੁਸ਼ੀਆਂ ਦਾ ਤਿਉਹਾਰ ਆ, ਫੈਸਟੀਵਲ ਆ, ਖੁਸ਼ੀਆਂ ਦੇ ਦਿਨ ਹੈਗੇ ਸਾਰੇ, ਤੁਸੀਂ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਨੂੰ ਫੈਸਿਲਿਟੀ ਦੇਣ ਲਈ ਕੀ ਆਫਰ ਦੇ ਰਹੇ ਹੋ? ਸਾਡਾ ਜਿਹੜਾ ਗੋਲਡ ਆ, ਹੋਲਮਾਰਕ ਦਾ ਅਸੀਂ ਗੋਲਡ ਦੇ ਰਹੇ ਹਾਂ, ਲਾਈਸੈਂਸ ਅਸੀਂ ਲਿਆ ਹੋਇਆ ਹੋਲਮਾਰਕ ਦਾ, ਮੇਰੇ ਕੋਲ ਸਾਰੀ ਜਿਹੜੀ ਜੁਐਲਰੀ ਆ ਹੋਲਮਾਰਕ ਦੀ ਆ। ਐਕਚੁਅਲੀ ਸਾਡੇ ਕਸਟਮਰਾਂ ਲਈ ਇਹੀ ਇੱਕ ਗਿਫਟ ਹੈ ਵੀ ਜਿਹੜਾ ਇੱਥੋਂ ਜਿਹੜਾ ਸਮਾਨ ਆ ਜਿਹੜਾ ਸਾਰਾ ਹੀ ਪਿਓਰ ਮਿਲਣਾ ਤੁਹਾਨੂੰ, ਉਹਦੇ ਵਿੱਚ ਕੋਈ ਵੀ ਇੱਦਾਂ ਦਾ ਕੁਛ ਨਹੀਂ ਹੈ। ਸੋ ਦਿਵਾਲੀ ਦਾ ਤਿਉਹਾਰ ਦੇਖਦੇ ਹੋਏ ਜੇ ਤੁਸੀਂ ਸਾਡੇ ਕੋਲ ਆਫਰ ਲੈਣਾ ਚਾਹੁੰਦੇ ਆ, ਤਾਂ ਮੈਂ ਇੱਕ ਆਫਰ ਜ਼ਰੂਰ ਲਾਵਾਂਗਾ, ਕਿਉਂਕਿ ਆਪਣੇ ਹੀ ਕਸਟਮਰ ਜਿਹੜੇ ਉਹਨਾਂ ਨੂੰ 1 ਲੱਖ ਰੁਪਏ ਦੀ ਸ਼ੋਪਿੰਗ ਕਰਨ 'ਤੇ, 1 ਲੱਖ ਦੀ ਗੋਲਡ ਦੀ ਸ਼ੋਪਿੰਗ ਕਰਨ 'ਤੇ ਮੈਂ ਉਹਨਾਂ ਨੂੰ 1 ਤੋਲੇ ਦਾ ਚਾਂਦੀ ਦਾ ਸਿੱਕਾ ਫ੍ਰੀ ਦੇਵਾਂਗਾ। ਸੋ ਇਹ ਬਹੁਤ ਵੱਡੀ ਗੱਲ ਹੈਗੀ ਆ, ਅੱਜ ਤੱਕ ਤੁਸੀਂ ਕਦੇ ਨਹੀਂ ਸੁਣੀ ਹੋਣੀ। ਗੋਲਡ ਦੇ ਉੱਤੇ ਕਦੇ ਸੇਲ ਨਹੀਂ ਲੱਗੀ, ਗੋਲਡ ਦਾ ਕਦੇ ਰੇਟ ਘੱਟ ਵੱਧ ਨਹੀਂ ਹੋਇਆ, ਜੋ ਮਾਰਕੀਟ ਰੇਟ ਆ ਉਹਦੀ ਵੈਲਿਊ ਪੈਂਦੀ ਆ। ਪਰ ਨਿਊ ਜਿਹੜਾ ਜੁਲਰ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ, ਤੁਸੀਂ 1 ਲੱਖ ਰੁਪਏ ਦੀ ਸ਼ੋਪਿੰਗ ਕਰਦੇ ਆ ਤਾਂ ਤੁਹਾਨੂੰ 1 ਤੋਲੇ ਦਾ ਚਾਂਦੀ ਦਾ ਸਿੱਕਾ ਜਿਹੜਾ ਬਿਲਕੁਲ ਫਰੀ ਦਿੱਤਾ ਜਾਵੇਗਾ। ਇਹ ਸਿਰਫ ਤੁਹਾਡਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਆ। ਇਹ ਦਿਵਾਲੀ ਤੱਕ ਆ ਜੀ? ਹਾਂਜੀ ਬਿਲਕੁਲ ਜੀ, ਦਿਵਾਲੀ ਤੱਕ ਆਫਰ ਹੈ ਜੀ। ਸਾਰੇ ਜਿੰਨੇ ਵੀ ਮੇਰੇ ਕਸਟਮਰ ਆਉਣਗੇ, 1 ਲੱਖ ਦੀ ਕੋਈ ਵੀ ਸ਼ੋਪਿੰਗ ਕਰੇਗਾ, 10 ਗ੍ਰਾਮ ਦਾ ਚਾਂਦੀ ਦਾ ਸਿੱਕਾ ਉਹਨਾਂ ਨੂੰ ਫ੍ਰੀ ਦਿੱਤਾ ਜਾਵੇਗਾ। ਇਹ ਬਹੁਤ ਵੱਡੀ ਡੀਲਸ ਹੈਗੀ ਆ ਭਾਅ ਜੀ, ਤੁਸੀਂ ਕਾਫੀ ਵੱਡੀ ਡੀਲ ਦਿੱਤੀ ਆ, ਕਾਫੀ ਵੱਡਾ ਤੁਹਾਡਾ ਨਾਂ ਆ, ਕਾਫੀ ਤੁਹਾਡਾ ਵੱਡਾ ਬ੍ਰਾਂਡ ਹੈਗਾ ਨਿਊ ਜੋੜਾ ਜੁਐਲਰ। ਮੈਂ ਚਾਹਾਂਗਾ ਥੋੜ੍ਹੀ ਜਿਹੀ ਹੋਰ ਢਿੱਲ ਦੇ ਦਿਓ, ਸਾਡੇ ਜਿਹੜੇ ਦਰਸ਼ਕ ਆ, ਸਾਡੇ ਜਿਹੜੇ ਵਿਊਰਸ ਹੈਗੇ ਆ, ਇਹਨਾਂ ਦਾ ਫਾਇਦਾ ਅਸੀਂ ਕਰਾ ਕੇ ਜਾਣਾ। ਇਹ ਵੱਡੇ ਐਲਾਨ ਆ, ਇਹ ਰਿਕਾਰਡ ਹੈਗਾ, ਸੋਨੇ 'ਚ ਕਦੇ ਡੀਲ ਨਹੀਂ ਦਿੱਤੀ ਗਈ, ਸੋਨੇ 'ਚ ਕਦੇ ਆਫਰਸਾਂ ਨਹੀਂ ਲੱਗੀਆਂ, ਪਰ ਅਸੀਂ ਅੱਜ ਇੱਥੇ ਆ ਗਏ ਹਾਂ। ਚਾਹੇ ਸਾਡਾ ਧੱਕਾ ਸਮਝ ਲਓ, ਸਾਡੇ ਕਸਟਮਰਾਂ ਦਾ ਫਾਇਦਾ ਕਰੋ। ਤੁਸੀਂ ਚਾਂਦੀ ਦਾ ਸਿੱਕਾ ਵੀ ਦੇ ਰਹੇ ਹੋ, ਅੱਜ ਤੱਕ ਕਿਸੇ ਨੇ ਨਹੀਂ ਦਿੱਤਾ, ਸ਼ਾਇਦ ਨਾ ਹੀ ਕੋਈ ਦੇਵੇਗਾ, ਪਰ ਮੈਂ ਚਾਹਾਂਗਾ ਥੋੜ੍ਹੀ ਜਿਹੀ ਹੋਰ ਡੀਲ ਦਿਓ ਕੋਈ। ਮੈਂ ਤਾਂ ਪਹਿਲਾਂ ਇਹ ਕਹਿ ਚੁੱਕਾ ਵੀ ਜਿਹੜਾ ਸਾਡੇ ਦੁਕਾਨ 'ਚ ਜਿਹੜਾ ਗੋਲਡ ਆ ਬਿਲਕੁਲ ਪਿਓਰ ਆ, ਕਸਟਮਰ ਨੂੰ ਪਿਓਰਿਟੀ ਪੂਰੀ ਜਾਂਦੀ, ਕਸਟਮਰ ਸਾਡੇ ਤੋਂ ਬਹੁਤ ਜ਼ਿਆਦਾ ਸੈਟਿਸਫਾਈ ਆ। ਫਿਰ ਵੀ ਦਿਵਾਲੀ ਦਾ ਤਿਉਹਾਰ ਦੇਖਦੇ ਫਸਟ ਟਾਈਮ ਅਸੀਂ ਬਹੁਤ ਵੱਡੀ ਡੀਲ ਦਿੱਤੀ ਆ ਵੀ 1 ਚਾਂਦੀ ਦਾ ਸਿੱਕਾ, 1 ਲੱਖ ਦੀ ਸ਼ੋਪਿੰਗ ਕਰਨ ਤੋਂ ਬਾਅਦ 1 ਚਾਂਦੀ ਦਾ ਸਿੱਕਾ 10 ਗ੍ਰਾਮ ਦਾ ਅਸੀਂ ਫ੍ਰੀ ਦਿੰਦੇ ਹਾਂ। ਚਲੋ ਫਿਰ ਵੀ ਜਿਹੜਾ ਵੀ ਮੈਂ ਇੱਕ ਆਫਰ ਹੋਰ ਅਨਾਊਂਸ ਕਰਨ ਲੱਗਾ, ਜਿਹੜਾ ਵੀ ਬੰਦਾ ਸਾਂਝ ਟੀ ਵੀ ਦਾ ਸਕਰੀਨਸ਼ੋਟ ਸਾਡੇ ਕੋਲ ਲੈ ਕੇ ਆਊਗਾ, ਅਸੀਂ ਉਹਨੂੰ 50% ਲੇਬਰ ਲੈਸ ਕਰਕੇ ਦੇਵਾਂਗੇ। ਸੋ ਥੈਂਕ ਯੂ, ਇਹ ਤਾਂ ਬਹੁਤ ਵੱਡੀ ਡੀਲਸ ਹੈਗੀ ਆ। ਤੁਸੀਂ 1 ਲੱਖ ਰੁਪਏ ਦਾ ਸੋਨਾ ਲੈਂਦੇ ਹਾਂ ਅਤੇ ਤੁਹਾਨੂੰ ਜਿਹੜਾ ਕਿ 1 ਤੋਲੇ ਦਾ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਹੈਗਾ। ਸੋ ਸਾਂਝ ਟੀ ਦਾ ਤੁਸੀਂ ਸਕਰੀਨਸ਼ੋਟ ਲੈ ਕੇ ਆਓ ਨਿਊ ਜੋੜਾ ਜੁਐਲਰ ਬਾਂਸਾ ਵਾਲਾ ਬਾਜ਼ਾਰ ਫਗਵਾੜਾ, ਅਤੇ ਤੁਹਾਨੂੰ ਜਿਹੜੀ ਲੇਬਰਸ ਹੈਗੀ ਆ ਉਹਦੇ 'ਤੇ 50% ਡਿਸਕਾਊਂਟ ਹੋਰ ਦਿੱਤਾ ਜਾ ਰਿਹਾ। ਸੋ ਇਹੋ ਜਿਹੀਆਂ ਔਫਰਾਂ ਤੁਸੀਂ, ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਜੋ ਸਾਂਝ ਟੀ ਵੀ ਵੱਲੋਂ ਜਾਂ ਜਿਹੜੇ ਸਾਡੇ ਸਟੋਰ ਦੇ ਇੱਥੇ ਓਨਰ ਹੈਗਾ ਜਗਜੀਤ ਸਿੰਘ ਜੋੜਾ, ਜੋ ਇਹਨਾਂ ਵੱਲੋਂ ਔਫਰਾਂ ਦਿੱਤੀਆਂ ਗਈਆਂ, ਇਹ ਕਦੇ ਕਿਸੇ ਵੱਲੋਂ ਅਜੇ ਤੱਕ ਔਫਰਾਂ ਨਹੀਂ ਦਿੱਤੀਆਂ ਗਈਆਂ, ਸ਼ਾਇਦ ਨਾ ਹੀ ਦਿੱਤੀਆਂ ਜਾਣਗੀਆਂ, ਕਿਉਂਕਿ ਇਹਨਾਂ ਦਾ ਮਕਸਦ ਇਹ ਆ ਵੀ ਜਿਹੜੇ ਇਹਨਾਂ ਦੇ ਕਸਟਮਰ ਹੈਗੇ ਆ ਉਹਨਾਂ ਨੂੰ ਫੈਸਿਲਿਟੀ ਦੇਣੀ ਅਤੇ ਉਹਨਾਂ ਦਾ ਫਾਇਦਾ ਕਰਨਾ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ, ਤੁਹਾਨੂੰ ਦਿਖਾ ਰਿਹਾ, ਇੱਥੇ ਕਾਫੀ ਜਿਹੜੇ ਕਿ ਲੇਟੈਸਟ ਡਿਜ਼ਾਇਨ ਹੈਗੇ ਆ। ਤੁਸੀਂ ਗੋਲਡ ਦੀ ਗੱਲ ਕਰ ਲਓ, ਤੁਸੀਂ ਡਾਇਮੰਡ ਦੀ ਗੱਲ ਕਰ ਲਓ, ਤੁਸੀਂ ਚਾਂਦੀ ਦੀ ਗੱਲ ਕਰ ਲਓ, ਹਰ ਇਸ ਵਿੱਚ ਵਧੀਆ ਤੁਹਾਨੂੰ ਡਿਜ਼ਾਇਨ ਮਿਲ ਰਿਹਾ। ਖਾਸ ਤੌਰ 'ਤੇ ਜਿਹੜੇ NRI ਕਸਟਮਰ ਹੈਗੇ ਆ ਉਹਨਾਂ ਦੀ ਵੀ ਇਹ ਪਹਿਲੀ ਪਸੰਦ ਬਣੀ ਹੋਈ ਆ। ਫਗਵਾੜੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਥੋਂ ਆ ਰਹੇ ਆ, ਜਿਹੜਾ ਵੈਡਿੰਗ ਸੀਜ਼ਨ ਇੱਥੇ ਚੱਲ ਰਿਹਾ ਉਹਦਾ ਕਾਫੀ ਵੱਡਾ ਫਾਇਦਾ ਲੋਕ ਲੈ ਰਹੇ ਆ। ਪਰ ਫਿਰ ਇਹੀ ਗੱਲ ਆ, ਵੈਡਿੰਗ ਸੀਜ਼ਨ ਚੱਲ ਰਿਹਾ, ਫੈਸਟੀਵਲ ਸੀਜ਼ਨ ਚੱਲ ਰਿਹਾ, ਤੁਸੀਂ ਇੱਥੇ ਆਓ, ਤੁਸੀਂ ਸ਼ੋਪਿੰਗ ਕਰੋ, ਤੁਹਾਡੇ ਬਹੁਤ ਵੱਡੇ ਫਾਇਦੇ ਹੋਣ ਵਾਲੇ ਆ। ਹੁਣ ਅਸੀਂ ਦਿਲਪ੍ਰੀਤ ਭਾਈ ਨਾਲ ਵੀ 2 ਮਿੰਟ ਲਈ ਗੱਲ ਕਰਾਂਗੇ। ਭਾਅ ਜੀ, ਡਾਇਮੰਡ ਤੁਸੀਂ ਡੀਲ ਕਰ ਰਹੇ ਹਾਂ, ਉਹਦੇ ਵਿੱਚ ਤੁਸੀਂ ਕੀ ਜਿਹੜਾ ਕਿ ਫੈਸਿਲਿਟੀ ਦੇ ਰਹੇ ਹੈਗੇ, ਕਿਹੜੇ ਤੁਸੀਂ ਡਿਜ਼ਾਇਨ ਦੇ ਰਹੇ ਹੈਗੇ? ਪਹਿਲਾਂ ਤਾਂ ਥੈਂਕ ਯੂ ਤੁਹਾਡਾ ਤੱਕੜ ਸਾਹਿਬ ਸਾਂਝ ਟੀ ਵੀ ਵਾਲਿਆਂ ਦੇ ਵਿਊਅਰ ਦਾ,
ਤੇ ਡਾਇਮੰਡ ਦੇ ਵਿੱਚ ਇਦਾਂ ਆ ਜੀ ਸਾਡੇ ਕੋਲ ਸਾਰੀ ਡਾਇਮੰਡ ਦੀ IGI ਤੇ GIA ਸਰਟੀਫਿਕੇਟ ਵਾਲੀ ਸਾਡੇ ਕੋਲ ਜੁਐਲਰੀ ਹੈਗੀ ਆ ਜੋ ਕਿ ਨਿਊ ਜੋੜਾ ਜੁਐਲਰ ਸੇ ਅਵੇਲੇਬਲ ਆ ਸਾਡੇ ਕੋਲ ਡਾਇਮੰਡ ਦੇ ਵਿੱਚ ਵੇਰੀਅਸ ਟਾਈਪ ਦੇ ਵਿੱਚ ਜਿੱਦਾਂ ਸਾਡੇ ਕੋਲ ਜੁਐਲਰੀ ਹੈਗੀ ਜਿੱਦਾਂ ਤੁਸੀਂ ਨੈਕਲਸ ਦੇਖ ਸਕਦੇ ਆ ਸਾਡੇ ਕੋਲ ਡਾਇਮੰਡ ਦੀ ਬੈਂਗਲਸ ਦੇਖ ਸਕਦੇ ਹੋ ਅਤੇ ਡਾਇਮੰਡਸ ਦੀਆਂ ਚੈਨਸ ਰਿੰਗਸ ਦੇਖ ਸਕਦੇ ਹੋ ਲੇਡੀਜ਼ ਰਿੰਗਸ ਦੇਖ ਸਕਦੇ ਹੋ ਅਤੇ ਹੋਰ ਜੋ ਕਸਟਮਾਈਜ਼ ਜੋ ਜੁਐਲਰੀ ਹੁੰਦੀ ਆ ਅਤੇ ਅਸੀਂ ਉਹ ਨਿਊ ਜੋੜਾ ਜੁਐਲਰ ਸੇ ਕੋਈ ਵੀ ਸਾਡੇ ਕੋਈ ਪਿਕਚਰ ਵੀ ਲੈ ਕੇ ਆਉਂਦਾ ਕਿ ਕੋਈ ਆਹ ਬਣਵਾਉਣੀ ਆ ਜਾਂ ਕੋਈ ਵੀ ਸਾਡੇ ਕੋਈ ਬਣਵਾਉਣੀ ਆ ਅਤੇ ਅਸੀਂ ਸਾਡੇ ਕੋਲ ਪਹਿਲਾਂ ਹੀ ਉਹ ਸਟੋਕ ਆਲਰੇਡੀ ਸਾਡੇ ਕੋਲ ਪਿਆ ਹੁੰਦਾ ਅਤੇ ਕਸਟਮਰ ਲਈ ਵੀ ਬਹੁਤ ਈਜ਼ੀ ਆ ਅਤੇ ਬਾਕੀ ਤੁਹਾਨੂੰ ਮੈਂ ਦੱਸਿਆ ਜਿੱਦਾਂ ਫਾਦਰ ਸਾਹਿਬ ਨੇ ਵੀ ਦੱਸਿਆ ਕਿ ਮੈਨੂਫੈਕਚਰਿੰਗ ਸਾਡੀ ਆਪਣੀ ਆ ਸਾਰੀ ਜੋ ਵੀ ਹੈਗੀ ਸਾਡੀ ਜਿਹੜੀ ਡਿਜ਼ਾਇਨਿੰਗ ਆ ਡਾਇਮੰਡ ਦੇ ਵਿੱਚ ਜਾਂ ਗੋਲਡ ਦੇ ਵਿੱਚ ਬਿਲਕੁਲ ਹੀ ਹਟ ਕੇ ਸਾਡੀ ਯੂਨੀਕ ਅਤੇ ਡਿਫਰੈਂਟ ਡਿਜ਼ਾਇਨਿੰਗ ਆ ਇਸ ਤੋਂ ਇਲਾਵਾ ਜੀ ਅਸੀਂ ਲੈ ਕੇ ਆਏ ਹਾਂ ਗੋਲਡ ਅਤੇ ਡਾਇਮੰਡ ਦੇ ਵਿੱਚ ਇੱਕ ਬ੍ਰਾਂਡ ਦੀ ਜੁਐਲਰੀ ਜਿਹੜੀ ਵਰਸਾਚੇ ਜੁਐਲਰੀ ਆ ਸਾਡੇ ਕੋਲ ਕਾਰਟੀਅਰ ਜੁਐਲਰੀ ਆ ਅਤੇ ਇੱਕ ਸਾਡੇ ਕੋਲ ਟਿਫਨੀ ਜੁਐਲਰੀ ਆ ਸਾਡੇ ਕੋਲ ਇਸ ਤੋਂ ਇਲਾਵਾ ਜੋ ਕੋਈ ਹੋਰ ਵੀ ਜੁਐਲਰੀ ਜਿਹੜੀ ਹੈਗੀ ਕਸਟਮਰ ਨੂੰ ਜਿਹੜੀ ਚਾਹੁੰਦੇ ਆ ਅਤੇ ਅਸੀਂ ਉਹ ਉਹਨਾਂ ਨੂੰ ਕਸਟਮਾਈਜ਼ ਕਰਵਾ ਕੇ ਦੇ ਸਕਦੇ ਹਾਂ ਅਤੇ ਉਹ ਸਿਰਫ ਤੁਹਾਨੂੰ ਜਿਹੜੀ ਜੁਐਲਰੀ ਹੈਗੀ ਆ ਨਿਊ ਜੋੜਾ ਜੁਐਲਰ ਸੇ ਅਵੇਲੇਬਲ ਹੋ ਸਕਦੀ ਆ ਅਤੇ ਉਸ ਤੋਂ ਇਲਾਵਾ ਤੁਹਾਨੂੰ ਮਤਲਬ ਹੋਰ ਤੁਹਾਨੂੰ ਡਾਇਮੰਡ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਕਸਟਮਾਈਜ਼ ਕਰਨਾ ਜਾਂ ਤੁਹਾਡੇ ਕੋਲ ਜੁਐਲਰੀ ਸਾਡੇ ਕੋਲ ਉਸ ਤੋਂ ਇਲਾਵਾ ਬਹੁਤ ਕੁਛ ਵਰਾਇਟੀ ਆ ਡਾਇਮੰਡ ਦੇ ਵਿੱਚ ਸੋ ਮੁੱਖ ਦੀ ਗੱਲ ਇਹ ਆ ਸੌ ਹੱਥ ਰੱਸਾ ਸਿਰੇ ਦੇ ਗੰਢ ਨਿਊ ਜੋੜਾ ਜੁਐਲਰ ਨੇ ਕਾਫੀ ਔਫਰਾਂ ਲਗਾ ਦਿੱਤੀਆਂ ਆ ਸੋ ਜਗਜੀਤ ਸਿੰਘ ਜੋੜਾ ਜਿਹੜੇ ਇੱਥੇ ਓਨਰ ਆ ਇਹਨਾਂ ਨੇ ਵੱਡੇ ਐਲਾਨ ਕਰ ਦਿੱਤੇ ਆ ਇਹੋ ਜਿਹੇ ਐਲਾਨ ਕਦੇ ਨਹੀਂ ਹੋਏ ਇਹੋ ਜਿਹੀਆਂ ਡੀਲਸ ਕਦੇ ਗੋਲਡ 'ਤੇ ਨਹੀਂ ਮਿਲੀਆਂ ਇਹਨਾਂ ਵੱਲੋਂ ਜਿਹੜੀਆਂ ਦਿਵਾਲੀ 'ਤੇ ਡੀਲ ਦਿੱਤੀਆਂ ਜਾ ਰਹੀਆਂ ਦਿਵਾਲੀ ਦੀ ਰਾਤ ਤੱਕ ਆ ਦਿਵਾਲੀ ਵਾਲੇ ਦਿਨ ਤੱਕ ਔਫਰਸ ਹੈਗੀਆਂ ਜਿਹੜੇ ਕੁਝ ਦਿਨ ਬਾਕੀ ਆ ਤੁਸੀਂ ਨਿਊ ਜੋੜਾ ਜੁਐਲਰ 'ਤੇ ਵਿਜ਼ਿਟ ਕਰੋ ਆਪਣਾ ਜਿਹੜਾ ਕਿ ਜਿਹੜੀ ਵੀ ਪਰਚੇਜ਼ਿੰਗ ਕਰਨੀ ਆ ਤੁਸੀਂ ਕੋਈ ਵੀ ਡਿਜ਼ਾਇਨ ਗੋਲਡ ਚਾਂਦੀ ਡਾਇਮੰਡ ਤੁਸੀਂ ਤੋਂ ਲੈ ਸਕਦੇ ਹੋ ਡੀਲਸ ਇਹ ਹੈਗੀ ਆ ਤੁਸੀਂ 1,00,000 ਰੁਪਏ ਦਾ ਸੋਨਾ ਇੱਥੇ ਆ ਕੇ ਖਰੀਦਣਾ ਆ ਤੁਹਾਨੂੰ 1 ਤੋਲੇ ਦਾ ਚਾਂਦੀ ਦਾ ਸਿੱਕਾ ਇਹਨਾਂ ਵੱਲੋਂ ਫ੍ਰੀ ਗਿਫਟ ਦਿੱਤਾ ਜਾ ਰਿਹਾ ਆ ਉਸ ਤੋਂ ਬਾਅਦ ਜਿੰਨੀ ਵੀ ਲੇਬਰ ਇੱਥੇ ਬਣਦੀ ਹੈਗੀ ਉਹ 'ਤੇ ਵੀ 50% ਡਿਸਕਾਊਂਟ ਇਹਨਾਂ ਵੱਲੋਂ ਕੀਤਾ ਜਾ ਰਿਹਾ ਆ ਇਹ ਬਹੁਤ ਵੱਡੀਆਂ ਡੀਲਸ ਹੈਗੀਆਂ ਤੁਸੀਂ ਵੱਧ ਤੋਂ ਵੱਧ ਇੱਥੇ ਆ ਕੇ ਇਸ ਡੀਲ ਦਾ ਫਾਇਦਾ ਜ਼ਰੂਰ ਲਓ ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਝ TV ਫਗਵਾੜਾ